ਕੇਂਦਰ ਸਰਕਾਰ ਵੱਲੋਂ ਮੈਡੀਕਲ ਕਮਿਸ਼ਨ 2017 ਬਿੱਲ ਪਾਸ ਕਰਨ ਦੇ ਸੰਬੰਧ ਵਿੱਚ ਤਰਨ ਤਾਰਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਡਾਕਟਰਾਂ ਵੱਲੋਂ ਭਾਰਤ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉੱਥੇ ਨਾਲ ਹੀ ਕੰਮ ਕਾਜ ਵੀ ਠੱਪ ਕਰ ਦਿੱਤਾ ਗਿਆ। ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਅਤੇ ਪ੍ਰਾਈਵੇਟ ਡਾਕਟਰਾਂ ਵੱਲੋਂ ਮਿਲ ਕੇ ਹੜਤਾਲ ਕੀਤੀ ਗਈ। ਹੜਤਾਲ ਕਰਨ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਾਰੇ ਦੇਸ਼ ਦੇ ਵਿੱਚ ਹੀ ਜਿਹੜਾ ਵਾ ਡਾਕਟਰਾਂ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ 2017 ਦਾ ਬਿੱਲ ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਉਹਦੇ ਵਿਰੁੱਧ ਰੋਸ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਉਂਕਿ ਇਹ ਜਿਹੜਾ ਵਾ ਬਿੱਲ ਇਹ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਜਿਹੜਾ ਉਹ ਖਤਮ ਕਰਕੇ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਬਣਾਉਣ ਜਾ ਰਿਹਾ ਵਾ, ਜਿਹਦੇ ਨਾਲ ਸਾਰੇ ਜਿਹੜਾ ਮੈਡੀਕਲ ਕਾਲਜ ਨੇ ਉਹਨਾਂ ਦੇ ਵਿੱਚ ਜਿਹੜੀ ਮੈਡੀਕਲ ਐਜੂਕੇਸ਼ਨ ਦਿੱਤੀ ਜਾ ਰਹੀ ਆ ਉਹਦਾ ਜਿਹੜਾ ਪੱਠਾ ਬੈਠ ਜਾਏਗਾ, ਉਹ ਜਿਹੜੀ ਆ ਚੰਗੇ ਡਾਕਟਰ ਨਹੀਂ ਪੈਦਾ ਹੋਣਗੇ। ਦੂਸਰਾ ਇਹ ਮੈਡੀਕਲ ਕਾਲਜਾਂ ਨੂੰ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਵੇਗੀ ਕਿ ਉਹ ਜਿੰਨੇ ਮਰਜ਼ੀ ਸਟੂਡੈਂਟ ਭਰਤੀ ਕਰ ਲੈਣ, ਉਹਨਾਂ ਦੇ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹਦਾ ਕੋਈ ਬਹੁਤਾ ਚੈੱਕ ਨਹੀਂ ਹੋਏਗਾ। ਇਸ ਬਾਅਦ ਇਹ ਹੋਸਪਿਟਲ ਤੋਂ ਦਵਾਈ ਲੈਣ ਵਾਸਤੇ ਖੱਜਲ ਖਰਾਬ ਹੋ ਰਹੇ ਆ। ਡਾਕਟਰ ਸਾਰੇ ਉਹ ਸਾਹਮਣੇ ਖੜ੍ਹੇ ਹੋਏ ਆ, ਕਹਿੰਦੇ ਦੇਖਦੇ ਹਾਂ, ਕੋਈ ਗੱਲ ਨਹੀਂ ਦੇਖਦੇ ਹਾਂ, ਜੇ ਕੁਛ ਨਹੀਂ ਮਸਲਾ ਲਾਇਆ। ਚਲੋ ਜੇ ਮੰਨਦੇ ਇਹਨਾਂ ਦੀ ਹੜਤਾਲ ਆ, ਵੱਖਰੇ ਟਾਈਮ 'ਤੇ ਰੱਖਣੀ ਚਾਹੀਦੀ ਆ ਇਹਨਾਂ ਨੂੰ, ਜਿਹੜੇ ਟਾਈਮ 'ਤੇ ਮਰੀਜ਼ ਵੇਖਣੇ ਉਹ ਟਾਈਮ 'ਤੇ ਵੇਖਣੇ ਚਾਹੀਦੇ ਆ ਨਾ ਉਹਨਾਂ ਨੂੰ, ਪੇਸ਼ੈਂਟ ਵੇਖਣੇ ਚਾਹੀਦੇ। ਹੁਣ ਆਹ ਸਾਰਾ ਦਿਨ ਅੱਜ ਖਰਾਬ ਹੋ ਗਿਆ, ਵੇਖੋ ਅੱਜ ਕਿੰਨੇ ਸਾਰੇ ਪਬਲਿਕ ਖਰਾਬ ਹੁੰਦੀ ਪਈ ਆ, ਪਰ ਇਹ ਗੱਲ ਤਾਂ ਨਹੀਂ ਨਾ। ਚਲੋ ਜੇ ਮੰਨਦੇ ਇਹਨਾਂ ਦੇ ਹੜਤਾਲ ਆ, ਵੱਖਰੇ ਟਾਈਮ 'ਤੇ ਰੱਖਣ, ਪਰ ਜਿਹੜੇ ਟਾਈਮ 'ਤੇ ਮਰੀਜ਼ ਵੇਖਣੇ ਉਹ ਟਾਈਮ 'ਤੇ ਮਰੀਜ਼ ਦੇਖ ਸਕਦੇ ਆ ਨਾ। ਇਹ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।